ਪ੍ਰਭ ਕੋ ਮੂਲ ਨ ਮਨਹੋ ਵਿਸਾਰ। ਸਤਿਗੁਰੂ ਕਹਿੰਦੇ ਮੂਲ ਕਈ ਮਨੋ ਨਮਸਾਰ, ਐਵੇਂ ਬਿਲਕੁਲ ਨਾ ਭੁਲਾ ਮਨ ਵਿੱਚ ਯਾਦ ਰੱਖ ਹਮੇਸ਼ਾ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਮਨ ਚ ਹਮੇਸ਼ਾ ਯਾਦ ਰੱਖ। ਮੇਰੇ ਬੱਚੇ ਘਰ ਦਾ ਖਾਸ ਕਰਕੇ ਛੋਟਾ ਬੱਚਾ ਮਾਂ ਬਾਪ ਨੂੰ ਯਾਦ ਹੀ ਰਹਿੰਦਾ, ਆਪਣਾ ਘਰ ਵੀ ਯਾਦ ਹੀ ਰਹਿੰਦਾ, ਕਿੰਨੇ ਪੈਸੇ ਨੇ ਬੈਂਕ 'ਚ ਯਾਦ ਹੀ ਰਹਿੰਦੇ ਨੇ ਹਰੇਕ ਨੂੰ। ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ ਮਨ ਦੇ ਵਿੱਚ ਯਾਦ ਹੀ ਰਹਿੰਦੀਆਂ ਨੇ, ਪਰ ਫਿਰ ਵੀ ਸਤਿਗੁਰੂ ਕਹਿੰਦੇ ਨੇ ਤੂੰ ਉਹਨੂੰ ਛੱਡ ਕੇ ਹੋਰ ਹੀ ਪਾਸੇ ਲੱਗੇ ਰਹਿ, ਉਹਨੂੰ ਭੁਲਾ ਨਾ ਮਨ 'ਚੋਂ, ਉਹਨੂੰ ਯਾਦ ਰੱਖ ਯਾਦ ਰੱਖ। ਇਹ ਬਿਰਤੀ ਬਣਾਉਣੀ ਪੈਣੀ ਆਪਾਂ ਨੂੰ, ਤੇਰੀ ਕਿਰਪਾ ਨਾਲ ਸਭ ਕੁਛ, ਤੇਰੀ ਕਿਰਪਾ ਨਾਲ ਸਭ ਕੁਛ, ਇਉਂ ਮਹਾਰਾਜ ਦੀ ਮਿਹਰ ਨਾਲ ਹੀ ਹੈ। ਜੇ ਪ੍ਰਸਾਦ ਤੇਰਾ ਪ੍ਰਤਾਪ, ਜਿਹਦੇ ਕਿਰਪਾ ਕਰਕੇ ਦੁਨੀਆਂ ਅੰਦਰ ਤੇਰਾ ਤੇਜ ਪ੍ਰਤਾਪ ਬਣਿਆ ਹੋਇਆ, ਸਾਰੇ ਲੋਕ ਤੈਨੂੰ ਦੇਖ ਕੇ ਰਿਸਪੈਕਟ ਕਰਦੇ ਨੇ। ਪ੍ਰਤਾਪ ਹੁੰਦਾ ਬੰਦੇ ਦਾ ਜਦੋਂ ਬਹੁਤ ਲੋਕ ਗੱਲਾਂ ਕਰਦੇ, ਇੱਕ ਬੰਦਾ ਅਜੇ ਸਾਰੇ ਚੁੱਪ ਕਰ ਲੈਂਦੇ, ਕੀ ਚੀਜ਼ ਆ ਉਹ? ਪ੍ਰਤਾਪ ਹੈ। ਸਤਿਗੁਰੂ ਕਹਿੰਦੇ ਤੇਰਾ ਇੱਜ਼ਤ ਮਾਣ ਪ੍ਰਤਾਪ ਜਿਹਦੀ ਕਿਰਪਾ ਨਾਲ ਬਣਿਆ ਹੋਇਆ ਹੈ। ਰੇ ਮਨ ਮੂੜ ਤੂੰ ਤਾ ਕਉ ਜਾਪ, ਮੂੜ ਮਨਾ ਮੂਰਖ ਮਨਾ ਤੂੰ ਉਹਦਾ ਜਾਪ ਕਰ, ਜਪਜੀ ਸਾਹਿਬ ਪੜ੍ਹ, ਜਾਪ ਸਾਹਿਬ ਪੜ੍ਹ, ਉਹਦਾ ਜਾਪ ਮੂਲ ਮੰਤਰ ਦਾ ਕਰ। ਗੋਬਿੰਦੇ ਨੂੰ ਕਹਿੰਦੇ ਜਾਪ ਕਰ, ਵਾਹਿਗੁਰੂ ਵਾਹਿਗੁਰੂ ਜਾਪ ਕਰ, ਪਲ ਪਲ ਉਹਦਾ ਜਾਪ ਕਰਿਆ ਕਰ। ਤੇਰਾ ਇੰਨਾ ਪ੍ਰਤਾਪ ਬਣਾਇਆ ਹੋਏ, ਸਭ ਉਹਦੀ ਕਿਰਪਾ, ਪ੍ਰਤਾਪ ਪਲਟਾਉਣ ਨੂੰ ਵੀ ਦੇਰ ਨਹੀਂ ਲਾਉਂਦੇ ਹੈ। ਪ੍ਰਤਾਪ ਉਹਨਾਂ ਦੀ ਕਿਰਪਾ ਨਾਲ ਬਣਦਾ ਵੀ ਉਹਨਾਂ ਦੀ ਕਿਰਪਾ ਨਾਲ ਹੀ ਹੈ, ਤੇ ਬੰਦਾ ਡਿੱਗਦਾ ਵੀ ਫਿਰ ਜਦੋਂ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਗਾ, ਦਰ ਮੰਦਰ ਭਿੱਖ ਨਾ ਪਾਏਗਾ। ਮਹਾਰਾਜ ਦੀਆਂ ਪੰਗਤੀਆਂ ਤੇ ਕਿੰਤੂ ਕੀਤਾ ਸੀ ਉਹਨਾਂ ਨੇ, ਦਾਰਾ ਸ਼ਿਕੋਹ ਵਰਗਿਆਂ ਨੇ ਵੀ ਕੀਤਾ, ਸ਼ਾਹਜਹਾਂ ਨੇ ਵੀ ਕਿਹਾ ਸੀ ਇਹ ਕਿਵੇਂ ਹੋ ਸਕਦਾ। ਜਿਵੇਂ ਕਈ ਗੱਲਾਂ ਹੁੰਦੀਆਂ ਨਾ ਅੱਜ ਕੱਲ੍ਹ, ਬੰਦੇ ਸਾਰੇ ਕਹਿੰਦੇ ਇਹ ਕਿਵੇਂ ਹੋ ਸਕਦਾ, ਇਹ ਤਾਂ ਫਿਰ ਹੋ ਹੀ ਜਾਂਦਾ ਜਦੋਂ ਉਹਨੇ ਕਰਨਾ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਨਾਲ ਤੇਰੇ ਅੱਜ ਤੱਕ ਸਾਰੇ ਕੰਮ ਬਣੇ। ਕਈ ਵਾਰੀ ਕਈ ਕੰਮ ਆਪਣੇ ਅੱਜ ਅਰਦਾਸ ਕੀਤੀ ਹੈ, ਕਈ ਕਾਹਲੇ ਪੈਂਦੇ ਹੁੰਦੇ ਆ ਵੀ ਹੁਣੇ ਹੋ ਜੇ, ਪਰ ਮੈਂ ਦੇਖਿਆ ਸਾਲ ਕੁ ਨੂੰ, ਦੋ ਸਾਲਾਂ ਨੂੰ ਕੰਮ ਬਣਿਆ ਹੁੰਦਾ। ਕਈ ਔਲਾਦ ਮੰਗਦੇ ਨੇ ਦੇਖਿਆ ਮੈਂ, ਹਾਲਾਂਕਿ ਸਾਨੂੰ ਵੀ ਇੰਨਾ ਨਹੀਂ ਹੁੰਦਾ ਵੀ ਕਹਿੰਦੇ ਜੀ ਸਾਰੇ ਪਾਸੇ ਜਵਾਬ ਹੋ ਗਿਆ, ਕੋਈ ਕਿਰਪਾ ਹੋ ਜਾਂਦੀ। ਅਸੀਂ ਕਹਿੰਦੇ ਪਾਠ ਕਰੋ, ਸੇਵਾ ਕਰੋ, ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਫਿਰ ਔਲਾਦ ਮਿਲ ਗਈ। ਕਈਆਂ ਨੂੰ ਹੁਣ ਆ ਕੇ ਮੈਂ ਪੁੱਛਿਆ ਹੋ ਗਿਆ ਪੱਕਾ, ਕਹਿੰਦੇ ਹਾਂ ਹੋ ਗਿਆ। ਉਦੋਂ ਤੂੰ ਰੋਂਦਾ ਸੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਅੜਿੱਕਾ ਪੈ ਗਿਆ। ਕੰਮ ਅੜਦਾ ਨਹੀਂ ਕੋਈ, ਜਦੋਂ ਬੰਦਾ ਆ ਕੇ ਗੁਰੂ ਸਾਹਿਬ ਦੇ ਦਰ 'ਤੇ ਨੱਕ ਰਗੜਦਾ, ਬੇਨਤੀਆਂ ਕਰਦਾ, ਪ੍ਰਸ਼ਾਦ ਕਰਾਉਂਦਾ, ਉਹ ਕੰਮ ਹੋ ਜਾਂਦਾ ਉਹਦਾ। ਸਤਿਗੁਰੂ ਕਹਿੰਦੇ ਤੇਰੇ ਕਾਰਜ ਪੂਰੇ ਨਹੀਂ ਹੋਏ, ਪਰ ਤੂੰ ਬੜਾ ਬੇਈਮਾਨ ਨਿਕਲਿਆ। ਕਾਰਜ ਪੂਰੇ ਹੋ ਗਏ ਤੇ ਹੁਣ ਗੁਰੂ ਸਾਹਿਬ ਨੂੰ ਕਹਿੰਦਾ ਤੂੰ ਕੌਣ ਮੈਂ ਕੌਣ, ਬਸ ਮੈਂ ਇੰਨੇ ਕੰਮ ਕਰਾਉਣਾ ਸੀ, ਇਹ ਭੱਜ ਜਾਂਦਾ। ਜਿਵੇਂ ਕੋਈ ਕਹਿੰਦਾ ਸੀ ਲੜਕਾ, ਉਹਨਾਂ ਦਾ ਰਿਸ਼ਤੇਦਾਰ ਹਾਂਗਕਾਂਗ ਸੀ, ਤਾਂ ਉਹ ਪਟਿਆਲੇ ਤੋਂ ਮਿਲਣ ਆਇਆ, ਕਹਿੰਦੇ ਅਸੀਂ ਇੱਥੇ ਰਹਿੰਦੇ ਹਾਂ, ਕਿਉਂਕਿ ਪਿੰਡ ਮੋਗੇ ਕੋਲ ਪੈਂਦਾ। ਉਹ ਕਹਿੰਦਾ ਇਹ ਹੈ ਤਾਂ ਮੇਰਾ ਭਤੀਜਾ ਹੀ ਹੈ, ਪਰ ਖਾਂਦਾ ਪੀਂਦਾ ਕੁਛ ਨਹੀਂ ਹੁਣ। ਚਲੋ ਮੈਂ ਕਿਹਾ, ਕਹਿੰਦੇ ਕੀ ਚਾਹੁੰਦਾ? ਮੈਂ ਕਿਹਾ ਕਹਿੰਦਾ ਮੈਂ ਕਨੇਡਾ ਜਾਣਾ। ਮੈਂ ਕਿਹਾ ਮੈਂ, ਮੈਨੂੰ ਤਾਂ ਇੰਨਾ ਪਤਾ ਵੀ ਬਾਣੀ ਪੜ੍ਹੀ ਜਾਵੇ, ਮੂਲ ਮੰਤਰ ਕਰ ਲਵੇ 1.25 ਲੱਖ। ਮਹਾਂਪੁਰਸ਼ਾਂ ਦੇ ਕਥਨ ਹੀ ਹੁੰਦੇ ਨੇ, ਬਚਨ ਕੀਤੇ ਹੋਏ ਸੀ ਉਹਨਾਂ ਨੇ, ਮਹਾਰਾਜ ਨੇ ਵੀ ਇਹੀ ਬਚਨ ਕੀਤਾ ਕਿ 1.25 ਲੱਖ ਮੂਲ ਮੰਤਰ ਕਰੇ। ਜਦੋਂ 1 ਲੱਖ ਦੇ ਨੇੜੇ ਪਹੁੰਚ ਗਿਆ ਮੂਲ ਮੰਤਰ, ਉਹਦੇ ਭਰਾ ਦਾ ਰਿਸ਼ਤਾ ਹੋ ਗਿਆ ਕਨੇਡਾ, ਉਹਦਾ ਵੀ ਹੋ ਗਿਆ। ਉਹਨਾਂ ਨੇ ਜਦੋਂ ਸ਼ਗਨ ਹੋਇਆ ਇੱਥੇ, ਉਹਨੇ ਮੈਨੂੰ ਬੁਲਾਇਆ, ਮੁੰਡਾ ਹੌਲੀ ਕਿਲਿਆਂ ਨੇ ਮੇਰੇ ਲਾਗੇ ਬੈਠਾ ਬੈਠਾ ਮੇਰੇ ਕੰਨ 'ਚ ਕਹਿੰਦਾ, ਯਾਨੀ ਕਿ ਉਹਨਾਂ 25,000 ਬਚਦਾ ਮੂਲ ਮੰਤਰ, ਉਹ ਕਰਨਾ ਨਾ ਛੱਡਦਾ। ਦੇਵ ਲੋਕ ਇੱਡੇ ਹੈਗੇ ਨਾ, ਉਹ ਮੈਂ ਕਿਹਾ ਗੱਲ ਸੁਣ, ਦੇਵ ਬਣਾ ਕੇ ਅਰਦਾਸ ਕੀਤੀ ਹੋਈ ਆ। ਫਿਰ ਮੈਂ ਉਹਨੂੰ ਅਗਲੀ ਗੱਲ ਦੱਸੀ, ਮੈਂ ਕਿਹਾ ਟੈਕਨੀਕਲ ਪੁਆਇੰਟ ਹੀ ਛੱਡੀ ਇਹਦੇ 'ਤੇ, ਮੈਂ ਕਿਹਾ ਪੱਕਾ ਹੋਣਾ ਕਨੇਡਾ ਜਾ ਕੇ? ਕਹਿੰਦਾ ਹਾਂ। ਮੈਂ ਕਿਹਾ ਫਿਰ ਕਰ ਲਾ 25 ਪੂਰੇ, ਤਾਂ ਪੱਕਾ ਵੀ ਹੋ ਜਾਏਗਾ ਫਿਰ ਜਾ ਕੇ, ਨਹੀਂ ਕੱਚਾ ਰਿਹਾ ਕਹਿੰਦੇ ਤਾਂ ਠੀਕ ਆ, ਫਿਰ 25,000 ਹੋਰ ਕਰ ਲਿਆ। ਮੁੜ ਮੈਨੂੰ ਲੱਗਦਾ ਉਹਨੇ ਨਹੀਂ ਮੂਲ ਮੰਤਰ ਦੇਖਿਆ ਹੋਣਾ ਵੀ ਕਿਹਾ ਜਾਂਦਾ। ਇਸ ਕਰਕੇ ਹੁਣ ਉਹਦੀ ਲੜਕੀ ਹੋਈ ਤਾਂ
ਉਹਦੀ ਮਾਤਾ ਕਹਿੰਦੀ ਬਾਬਾ ਜੀ ਤੁਸੀਂ ਮੂਲ ਮੰਤਰ ਤੈਨੂੰ ਕਿਹਾ ਨੀ ਕੀਤਾ ਵੀ ਪਰ ਹੁਣ ਕੁੜੀ ਹੋ ਗਈ, ਮੈਂ ਕਿਹਾ ਤੈਨੂੰ ਕੈਨੇਡਾ ਜਾਣ ਨੂੰ ਉਹਨੂੰ ਕਿਹਾ ਸੀ, ਮੈਂ ਕੁੜੀ ਵਾਸਤੇ ਮੈਂ ਮੁੰਡੇ ਲਈ ਥੋੜ੍ਹੀ ਨੂੰ ਕਿਹਾ ਸੀ ਕੁਛ, ਮੈਂ ਕਿਹਾ ਤਾਂ ਮਾਂ ਦੇ ਪੁੱਤ ਨੇ ਅੱਗੇ ਮੂਲ ਮੰਤਰ ਪੜ੍ਹੇ ਹੀ ਨਹੀਂ ਹੋਣਾ ਇੱਕ ਦਿਨ ਵੀ। ਰੱਬ ਨਾਲ ਵੀ ਸੌਦੇ ਕਰਦੇ ਸਾਰੇ ਜਾਣੇ, ਕੰਮ ਹੋ ਗਿਆ ਮੁੜ ਕੇ ਨਾ ਪਾਠ ਕਰਨ ਦੇਣਾ। ਸਤਿਗੁਰੂ ਤਾਂ ਇਹੋ ਜਿਹੇ ਬੰਦੇ ਚਾਹੀਦੇ ਵੀ ਵੈਸੇ, ਪਰ ਮਹਾਰਾਜ ਦਿਆਲੂ ਬਹੁਤ ਨੇ, ਸਮੁੰਦਰ ਵਾਂਗੂ ਕਹਿੰਦੇ ਦੇਖੂ ਵੀ ਭਲਾ ਹੀ ਸਹੀ ਇਹਦਾ ਵੀ ਭਲਾ ਕਰ ਦਿਓ, ਪਰ ਇਹ ਚੰਗੀ ਗੱਲ ਨਹੀਂ ਹੈ, ਬੰਦਾ ਚੰਗਾ ਨਹੀਂ। ਮਹਾਰਾਜ ਕਹਿੰਦੇ ਨੇ ਮੈਂ ਦੇਵਾਂ ਨਾ ਦੇਵਾਂ ਤੂੰ ਮੇਰਾ ਬਣ ਕੇ ਰਹਿਣਾ, ਮਾਂ ਆਪਾਂ ਮਹਾਰਾਜ ਦੇ ਬਣਦੇ ਨਹੀਂ ਹੈਗੇ। ਸਤਿਗੁਰੂ ਕਹਿੰਦੇ ਜੇ ਦੀ ਕਿਰਪਾ ਨਾਲ ਤੇਰੇ ਕੰਮ ਸਾਰੇ ਬਣੇ ਆ ਪੂਰੇ ਹੋਏ ਨੇ, ਤੇ ਸਹਿਜਾਨ ਮਨ ਸਦਾ ਹਜੂਰੇ, ਮਨ ਤੂੰ ਉਹਨੂੰ ਸਦਾ ਹਾਜ਼ਰ ਨਾਜ਼ਰ ਜਾਣਿਆ ਕਰ, ਉਹ ਤਾਂ ਆਪਣੇ ਕੋਲ ਹੀ ਨੇ ਹੁਣ, ਹਾਜ਼ਰ ਨਾਜ਼ਰ ਹੀ ਨੇ ਮਹਾਰਾਜ ਸੱਚੇ ਪਾਤਸ਼ਾਹ, ਇਸ ਕਰਕੇ ਤੂੰ ਉਹਨੂੰ ਕੋਲ ਤਾਂ ਜਾਣਦੇ ਨਹੀਂ ਪਰਮੇਸ਼ਰ ਨੂੰ, ਤੂੰ ਹਮੇਸ਼ਾ ਸਮਝਦਾ ਉਹ ਦੂਰ ਹੈ, ਉਹ ਦੂਰ ਹੈ, ਉਹ ਕਿਹੜਾ ਦੇਖਦਾ ਹੈ। ਜਦੋਂ ਤਾਂ ਕੰਮ ਬਣਦੇ ਆਪਣੇ ਫਿਰ ਤਾਂ ਕਹਿੰਦੇ ਰੱਬ ਕੋਲ ਹੀ ਖੜਾ, ਕੋਲ ਹੀ ਖੜਾ ਸੀ ਸੁਣ ਲਈ ਮੇਰੀ, ਬਾਅਦ ਵਿੱਚ ਉਹੀ ਰੱਬ ਫਿਰ ਨਜ਼ਰ ਨਹੀਂ ਆਉਂਦਾ। ਮੁੰਡਾ ਹੋਇਆ ਸ਼ਬਦ ਪੜ੍ਹਨ ਨਾਲ, ਜੇ ਚਲੋ ਕਿਸੇ ਦੇ ਘਰ ਲੜਕਾ ਹੋ ਗਿਆ, ਬੜਾ ਅਭਿਆਸ ਕੀਤਾ, ਬੜਾ ਅਭਿਆਸ ਕੀਤਾ, ਦੇਗਾ ਕਰਾ ਪਾਠ ਕਰ, ਮੁੰਡਾ ਹੋਇਆ ਫਿਰ ਸ਼ਰਾਬ ਦੀ ਪਾਰਟੀ ਕਰਤੀ, ਫਿਰ ਰੱਬ ਦੂਰ ਹੋ ਗਿਆ ਮੈਨੂੰ। ਫਿਰ ਲੋਕਾਂ ਨੂੰ ਕਹਿੰਦੇ ਜੀ ਰਿਸ਼ਤੇਦਾਰ ਫਿਰ ਮੰਨਦੇ ਨਹੀਂ, ਕਹਿੰਦੇ ਮੀਟ ਕਾਣਾ, ਲੈ ਵੀ ਮੁੰਡਾ ਰਿਸ਼ਤੇਦਾਰਾਂ ਦਿੱਤਾ, ਉਹ ਜਿਹੜੇ ਗੁਰੂ ਨੇ ਦਿੱਤਾ ਉਹਦੇ ਦਰ 'ਤੇ ਲੰਗਰ ਕਰਾਉਂਦੇ, ਤਾਂ ਲੰਗਰ ਨਹੀਂ ਕਰਾਉਂਦੇ ਹੈ, ਜਿਵੇਂ ਸਿੰਘਾਂ ਉੱਪਰ ਤੁਰਿਆ ਜਾਵੇ ਕਈ 20-25 ਬੱਕਰੇ ਲੈ ਕੇ। ਅੱਗੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਵੱਲ ਨੂੰ, ਉਹ ਕਹਿੰਦੇ ਸਿੰਘਾਂ ਇਹ ਬੱਕਰੇ ਕਿੱਥੇ ਲੈ ਕੇ ਚੱਲਿਆ ਇੰਨੇ, ਕਹਿੰਦਾ ਮਹਾਰਾਜ ਜੀ ਉਹ ਸਾਡੇ ਤਾਂ ਮੁੰਡਨ ਕਰਦੇ ਨੇ, ਕਹਿੰਦੇ ਮੁੰਡਨ ਕਰਨਾ ਤੇ ਉਹ ਫਿਰ ਬੱਕਰੇ ਉਦੋਂ ਖਵਾਵਾਂਗੇ ਵੱਢ ਕੇ ਸਭ ਨੂੰ। ਮਹਾਰਾਜ ਕਹਿੰਦੇ ਇਹ ਤਾਂ ਗਲਤ ਗੱਲ ਹੈ, ਆ ਕਈ ਲੋਕ ਜਿਹੜੇ ਨੇ ਮਹਾਰਾਜ ਨੂੰ ਵੀ ਕਹੀ ਜਾਣਗੇ, ਤੀਜੇ ਪਾਤਸ਼ਾਹ ਕੋਲ ਗਏ, ਗੁਰੂ ਅੰਗਦ ਦੇਵ ਜੀ ਕੋਲ ਗਏ, ਉੱਥੇ ਉਹਨਾਂ ਨੇ ਮੱਛੀ ਰੱਖੀ ਮੂਹਰੇ, ਉਹ ਸਾਖੀ ਕਿਸੇ ਨੂੰ ਉਈ ਪਾਤੀ ਵਿੱਚ, ਉਹਦਾ ਕੀ ਕਰੀਏ, ਉਹ ਨਾ ਸਿੰਘਾਂ ਉੱਪਰ ਵਾਲੀ ਸਾਖੀ ਤਾਂ ਸਾਨੂੰ, ਉਹ ਕਹਿੰਦੇ ਨਾ ਮੁੰਡਨ ਬੰਦ ਕਰੋ, ਕੀ ਕਰੋ ਦਸਤਾਰ ਬੰਦੀ ਕਰਿਆ ਕਰੋ, ਆਪਣੇ ਹੁਣ ਦਸਤਾਰ ਸਜਾਇਆ ਕਰੋ, ਬੱਚਿਆਂ ਨੂੰ ਕੇਸ ਰੱਖਣੇ ਆ ਆਪਾਂ ਕੱਟਣੇ ਨਹੀਂ ਗੇ। ਕਹਿੰਦਾ ਮਹਾਰਾਜ ਰਿਸ਼ਤੇਦਾਰਾਂ ਦਾ ਕੀ ਕਰੀਏ, ਉਹ ਤਾਂ ਖਾਣ ਪੀਣ ਦੇ ਲਾਲਚੀ ਹੈ। ਕਹਿੰਦੇ ਤੂੰ ਨਾ ਖਡੂਰ ਸਾਹਿਬ ਆਪਣੇ ਗੁਰੂ ਘਰ 'ਚ ਲੰਗਰ ਰੱਖ ਲਾ, ਉਹ ਲੰਗਰ ਵਿੱਚ ਖੀਰ ਕੜਾਹ ਪੂੜੇ ਤਾਂ ਆ ਪੀਲੇ ਚਾਵਲ ਨੂੰ ਮਾਝੇ ਜਰਦਾ, ਕਹਿੰਦੇ ਜਰਦ ਮਤਲਬ ਹੁੰਦਾ ਪੀਲਾ, ਅਤੇ ਮੁੰਡਿਆਂ ਦਾ ਉਹ ਦੂਜੀ ਚੀਜ਼ ਦਾ ਨਾ ਊਂ ਜਰਦਾ ਰੱਖਿਆ ਹੋਇਆ, ਐਸੇ ਜਰਦਾ ਇਹਨੂੰ ਕਹਿੰਦੇ ਸੀ। ਕਹਿੰਦੇ ਬੜੇ ਬਣਾ, ਫਿਰ ਬੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ, ਹੋਰ ਥੋੜ੍ਹੀਆਂ ਕਿਤੇ ਚੀਜ਼ਾਂ, ਐਵੇਂ ਇਕੱਲਾ ਇਹ ਚੱਕੀ ਫਿਰਦਾ ਤੂੰ। ਕਹਿੰਦੇ ਇਹ 25 ਬੱਕਰੇ ਜਿੰਨੇ ਦੇ ਲਿਆ ਇਹਨੂੰ ਵੇਚ ਦੇ, ਇਹਦੇ ਜਿਹੜੇ ਪੈਸੇ ਆਉਣਗੇ ਉਹਦਾ ਲੰਗਰ ਕਰਦੇ, ਨਾਲੇ ਮੁੰਡੇ ਨੂੰ ਪੁੱਲ ਲੱਗੂਗਾ ਤਿਲ ਲੱਗੂਗਾ। ਉੱਥੋਂ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਦਸਤਾਰ ਪਹਿਲੀ ਵਾਰੀ 5 ਸਾਲ ਦੀ ਉਮਰ ਜਦੋਂ ਸਜਾਈ ਤਾਂ ਇਹ ਗੁਰੂ ਅੰਗਦ ਦੇਵ ਜੀ ਨੇ ਦਸਤਾਰ ਬੰਦੀ ਦੀ ਰਸਮ ਇੱਥੋਂ ਪ੍ਰਾਰੰਭ ਕੀਤੀ ਔਰ ਕਿਹਾ ਕਿ ਲੰਗਰ ਕਰਨਾ ਹੈ, ਲੰਗਰ ਦੇ ਵਿੱਚ ਪਾਠ ਕਰਾਉਣਾ। ਤਾਂ ਆਪਾਂ ਵੀ ਇਹ ਚੀਜ਼ਾਂ ਦੀ ਪਿਰਤ ਪਾਈ ਆ, ਹੁਣ ਗੁਰਸਿੱਖਾਂ ਨੇ ਪਾਈ ਆ। ਪਹਿਲਾਂ ਤਾਂ ਜ਼ਿਆਦਾ ਹੀ ਕੇਕ ਜੇ ਲੱਗ ਗਏ ਸੀ ਕੱਟਣ, ਇਹ ਤੂੰ ਕੌਣ ਮੈਂ ਖਾਮ ਖਾਂ, ਗੋਰਿਆਂ ਦੇ ਮਗਰ ਲਾ ਕੇ, ਗੋਰੇ ਸਾਡਿਆਂ ਨੂੰ ਭੱਜੇ ਜਾਂਦੇ ਨੇ, ਉਹ ਕਹਿੰਦੇ ਸਾਗ ਅਤੇ ਮੱਕੀ ਦੀ ਰੋਟੀ ਸਵਾਦ ਲੱਗਦੀ ਹੈ, ਹਰਿਮੰਦਰ ਸਾਹਿਬ ਜਾਂਦੇ ਨੇ, ਸਾਡੇ ਵਾਲੇ ਜਿਹੜੇ ਚਾਚਿਆਂ ਨੂੰ ਭੱਜੇ ਜਾਂਦੇ ਨੇ, ਉਹ ਕਹਿੰਦੇ ਉੱਧਰ ਕੁਛ ਹੈ, ਇਹ ਕਹਿੰਦੇ ਇੱਧਰ ਕੁਛ। ਇਸ ਕਰਕੇ ਆਪਾਂ ਧਿਆਨ ਦੇਣਾ, ਜਦੋਂ ਵੀ ਕੋਈ ਇਹੋ ਜਿਹੀ ਗੱਲ ਕਰਨੀ ਹੈ ਧਾਰਮਿਕ, ਬਸ ਸਭ ਤੋਂ ਵਧੀਆ ਦੇਖੋ ਠੀਕ ਹੈ ਇੱਥੇ ਤੁਹਾਡੇ ਕੋਲ ਉਹ ਚੀਜ਼ਾਂ ਨਹੀਂ, ਪਰ ਅਸੀਂ ਤਾਂ ਪੰਜਾਬ ਦੇ ਵਿੱਚ ਜਦੋਂ ਵੀ ਕਿਤੇ ਗੁਰਪੁਰਬ 'ਤੇ ਲੰਗਰ ਕਰਦੇ ਹਾਂ, ਮੈਂ ਪਹਿਲਾਂ ਹਿਸਾਬ ਪੁੱਛਦਾ ਕਿੰਨੀਆਂ ਜਲੇਬੀਆਂ ਬਣਾਉਣੀਆਂ, ਕਿਹੜੇ ਜੀ 3 ਕੁਇੰਟਲ, ਮੈਂ ਕਿਹਾ 4 ਬਣਾ ਲਿਓ, 1 ਕੁਇੰਟਲ ਜਲੇਬੀਆਂ ਅਤੇ ਇੰਨਾ ਲੰਗਰ ਵੱਧ ਬਣਾ ਕੇ ਬਾਹਰ ਝੋਂਪੜੀਆਂ 'ਚ ਬੈਠੇ ਪਟਿਆਲੇ ਤੋਂ ਬਾਹਰ ਬਾਹਰ ਉੱਥੇ ਰੇਹੜੀ 'ਚ ਲੈ ਜਿਓ, ਉੱਥੇ ਜਾ ਕੇ ਲੰਗਰ ਵਰਤਾ ਕੇ ਆਉਣਾ, ਗਰੀਬਾਂ ਵਿੱਚ, ਕੋੜੀਆਂ ਵਿੱਚ, ਗੂੰਗਿਆਂ ਗੋਲਿਆਂ ਵਿੱਚ, ਇਹ ਗੁਰੂ ਨਾਨਕ ਦਾ ਲੰਗਰ ਹੈ। ਇਸ ਕਰਕੇ ਆਪਾਂ ਤਾਂ ਜਦੋਂ ਹੁਣ ਆਪਣੇ ਘਰਾਂ 'ਚ ਬੇੜਾ ਘੱਟ ਆ ਕੋਈ, ਆਪਾਂ ਤਾਂ ਖਾ ਹੀ ਲੈਣਾ ਹੁੰਦਾ,
ਰੱਜੇ ਨੂੰ ਰੋਟੀ ਖਵਾਉਣੀ ਨਹੀਂ, ਭੁੱਖੇ ਨੂੰ ਰੋਟੀ ਖਵਾਉਣਾ ਕਿਹਾ, ਭੁੱਖੇ ਨੂੰ ਰੋਟੀ ਖਵਾਓ। ਸਤਿਗੁਰੂ ਕਹਿੰਦੇ ਕਿਸੇ ਗਰੀਬ ਨੂੰ ਰੋਟੀ ਖਵਾਓ, ਕਿਸੇ ਦੀ ਮਦਦ ਕਰਿਆ ਕਰੋ, ਹਾਜ਼ਰ ਨਾਜ਼ਰ ਜਾਣੋ। ਜੇ ਪ੍ਰਸਾਦ ਤੂੰ ਪਾਹੇ ਸੱਚ, ਜਿਹਦੀ ਕਿਰਪਾ ਕਰਕੇ ਤੂੰ ਸੱਚ ਸਰੂਪ ਨੂੰ ਪਾ ਲਵੇਂਗਾ, ਸੱਚੇ ਨਾਮ ਨੂੰ ਪ੍ਰਾਪਤ ਕਰ ਲਵੇਂਗਾ, ਤੇਰੇ ਤੇ ਕਿਰਪਾ ਹੋਵੇਗੀ। ਪ੍ਰਾਪਤ ਕੀਤਾ ਜਿਨ੍ਹਾਂ ਨੇ, ਰੇ ਮਨ ਮੇਰੇ ਤੂੰ ਤਾਂ ਸਿਉਂ ਰਾਚ, ਕਹਿੰਦੇ ਉਹਦੇ ਨਾਲ ਰਚ ਵਿੱਚ ਜੁੜ, ਤੂੰ ਉਹਨੂੰ ਛੱਡ ਕੇ ਕਿਤੇ ਹੋਰ ਨਾ ਜੁੜ, ਤੂੰ ਵਾਹਿਗੁਰੂ ਨਾਲ ਜੁੜ ਜਾ ਭਾਈ, ਪਰਮਾਤਮਾ ਨਾਲ ਜੁੜ। ਜੇ ਪ੍ਰਸਾਦ ਸਭ ਕੀ ਗਤ ਹੋਏ, ਜਿਹਦੀ ਕਿਰਪਾ ਕਰਕੇ ਸਾਰਿਆਂ ਦੇ ਕਲਿਆਣ ਹੁੰਦੇ, ਆਪਣੀ ਭਲਾ ਹੁੰਦਾ ਆਪਣਾ। ਨਾਨਕ ਜਾਪ ਜਪੈ ਜਪ ਸੋਏ, ਸਤਿਗੁਰੂ ਕਹਿੰਦੇ ਉਹ ਜਪਣ ਯੋਗ ਪਰਮਾਤਮਾ ਦੇ ਜਾਪ ਨੂੰ ਜਪਣਾ ਕਰ ਆਪਣੇ ਅੰਦਰ, ਜਿਹਦੀ ਕਿਰਪਾ ਨਾਲ ਸਭ ਦੀ ਕਲਿਆਣ ਹੁੰਦੀ ਹੈ। ਹਾਂ, ਹੁਣ ਸਤਿਗੁਰੂ ਮਹਾਰਾਜ ਅਖੀਰਲੀ ਪੌੜੀ ਤੇ ਸਾਨੂੰ ਆ ਕੇ ਇੱਕ ਬਚਨ ਕਰਦੇ ਸੋਹਣਾ, ਕਹਿੰਦੇ ਦੇਖੋ ਸਾਰਾ ਕੁਛ ਆਪਾਂ ਆਪ ਨਹੀਂ ਕਰ ਸਕਦੇ। ਆਪ ਜਪਾਏ ਜਪੈ ਸੋ ਨਾਉ, ਉਹ ਵਾਹਿਗੁਰੂ ਜਿਸ ਪਾਸੋਂ ਆਪ ਨਾਮ ਜਪਾਉਂਦਾ ਉਹੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਉਂਕਿ ਅੰਦਰੋਂ ਹੀ ਬੈਠਾ ਉਹ ਜਪਾਉਂਦਾ, ਅੰਦਰੋਂ ਹੀ ਬੁਲਵਾਉਂਦਾ, ਸਭ ਕੁਛ ਅੰਦਰੋਂ ਹੀ ਪ੍ਰੇਰਨਾ ਦਿੰਦਾ। ਆਪ ਗਾਵਾਏ ਸੁਹਰ ਗੁਣ ਗਾਓ, ਇੱਥੇ ਗੱਗੇ ਨੂੰ ਕੰਨਾ, ਲਗਭਗ ਸਾਰੇ ਕੋਈ ਹੋਊਗਾ ਜਿਹੜਾ ਕੰਨਾ ਬੋਲ ਕੇ ਜਾਂਦਾ ਹੋਵੇ, ਇਹ ਕਹਿਣਗੇ ਆਪ ਗਵਾਏ। ਗਵਾਏ ਦਾ ਹੁੰਦਾ ਗਵਾਚਣਾ ਚੀਜ਼ ਦਾ, ਇੱਥੇ ਹੈਗਾ ਗੱਗੇ ਨੂੰ ਕੰਨਾ ਵਾਹਵੇ ਕੰਨਾ, ਗਾ ਵਾਏ ਗਵਾਉਣਾ। ਆਪ ਗਾਵਾਏ ਸੋ ਹਰ ਗੁਣ ਗਾਓ, ਜਿਹਦੇ ਕੋਲੋਂ ਆਪ ਕੀਰਤਨ ਚ ਪਾ ਕੇ ਗੁਣ ਗਵਾਉਂਦਾ ਉਹੀ ਬੰਦਾ ਉਹਦੇ ਗੁਣ ਨੂੰ ਗਾ ਸਕਦਾ, ਰੱਬ ਦੇ ਗੁਣਾਂ ਨੂੰ ਉਹੀ ਗਾਉਂਦਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀ ਸਾਣ। ਬਹੁਤ ਸੋਹਣੀ ਪੌੜੀ ਹੈ ਇਹ, ਅੱਠਵੀਂ ਛੇਵੀਂ ਅਸ਼ਟਪਦੀ ਦੀ ਇਹ ਅੱਠਵੀਂ ਪੌੜੀ ਹੈ। ਮੇਰੇ ਤਜਰਬੇ ਅਨੁਸਾਰ ਇਹ ਪੌੜੀ ਕੰਠ ਕਰ ਲਓ, ਇਹ ਪੜ੍ਹਿਆ ਕਰੋ ਦਿਹਾੜੀ ਚ 5 ਵਾਰੀ 10 ਵਾਰੀ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਵਾਹਿਗੁਰੂ ਦੀ ਕਿਰਪਾ ਨਾਲ ਜੀਵ ਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਅੰਦਰ ਗਿਆਨ ਇੱਕ ਬਾਹਰ ਹੁੰਦਾ, ਬਾਹਰ ਤਾਂ ਤੁਹਾਨੂੰ ਗਿਆਨ ਬਹੁਤ ਹੈ, ਬਾਹਰ ਦੀ ਤਾਂ ਲੋੜ ਹੀ ਘੱਟ ਹੈ ਤੁਹਾਨੂੰ। ਅੰਦਰਲੇ ਗਿਆਨ ਦੀ ਗੱਲ ਕੀਤੀ, ਪ੍ਰਕਾਸ਼ ਹੋ ਜਾਂਦਾ ਜਿਹਦੀ ਕਿਰਪਾ ਨਾਲ ਅੰਦਰ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਵਾਹਿਗੁਰੂ ਦੀ ਦਇਆ ਨਾਲ ਜੀਵ ਦਾ ਹਿਰਦਾ ਕਮਲ ਪੁੱਠਾ ਹੁੰਦਾ ਪਹਿਲਾਂ, ਇੱਥੇ ਏਦਾਂ ਹੀ ਖਿੜ ਜਾਂਦਾ ਖੁੱਲ ਕੇ। ਇਹਦਾ ਅਭਿਆਸੀ ਇੱਥੇ ਕੋਈ ਇੱਕ ਅੱਧਾ ਹੀ ਬੈਠਾ ਹੋਊਗਾ, ਪਤਾ ਨਹੀਂ ਬੈਠਾ ਹੀ ਨਹੀਂ ਹੋਣਾ, ਇੱਕ ਅੱਧਾ ਹੀ ਹੁੰਦਾ ਜਿਹਦਾ ਐਂ ਖਿੜਦਾ ਨੂੰ ਪਤਾ। ਉਹਦੇ ਨਾਲ ਤਾਂ ਅਸੀਂ ਗੱਲ ਸਾਂਝੀ ਕਰੀਏ, ਦੂਜੇ ਨੇ ਕੀ ਪਤਾ ਚਰਨ, ਉਹ ਤਾਂ ਕਹਿੰਦੇ ਇੱਥੇ ਤਾਂ ਰੋਟੀਆਂ ਹੀ ਪੈਂਦੀਆਂ, ਜਾ ਕੇ ਹਿਰਦਾ ਤਗੜੇ ਦੇਖੇ। ਇੱਕ ਸਰਜਰੀ ਦਾ ਡਾਕਟਰ ਸੀ, ਉਹ ਮਹਾਂਪੁਰਸ਼ਾਂ ਨੂੰ ਕਿਸੇ ਨੂੰ ਕਹਿੰਦਾ ਬਾਬਾ ਜੀ ਕਿਉਂ ਝੂਠ ਬੋਲਦਾ, ਇੱਥੇ ਇਹ ਕਮਲ ਹੁੰਦਾ ਹੁੰਦਾ। ਕਹਿੰਦਾ ਮੈਂ ਸਰਜਰੀ ਦਾ ਡਾਕਟਰ, ਮੈਂ 20 ਵਾਰ ਉਹ ਓਪਰੇਸ਼ਨ ਕੀਤਾ, ਮੈਨੂੰ ਤਾਂ ਕਮਲ ਦਿਖਿਆ ਨਹੀਂ। ਕਹਿੰਦੇ ਉਹ ਐਂ ਸਰਜਰੀ ਨਾਲ ਹੀ ਦਿਖਦਾ ਹੁੰਦਾ, ਫਿਰ ਤਾਂ ਸਾਰੇ ਸਰਜਰੀ ਵਾਲੇ ਡਾਕਟਰਾਂ ਨੂੰ ਰੱਬ ਮਿਲ ਜੇ। ਫਿਰ ਸੰਤਾਂ ਨੇ ਉਹਨੂੰ 2 ਘੰਟੇ ਸਿਮਰਨ ਕਰਾ ਕੇ ਫਿਰ ਦਿਖਾਇਆ, ਜਦੋਂ ਕਹਿੰਦਾ ਹਾਂ ਹੈਗਾ ਦਿਖਦਾ, ਕਹਿੰਦੇ ਹੁਣ ਮੰਨ ਗਿਆ ਨਾ। ਬਹੁਤੇ ਲੋਕ ਮੰਨਦੇ ਹੀ ਨਹੀਂ ਇਹਨਾਂ ਗੱਲਾਂ ਨੂੰ। ਜਦੋਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਤਾਂ ਤੁਸੀਂ ਕਿਵੇਂ ਕਹਿ ਦੇਵੇ ਝੂਠ ਹੈ। ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਉਹ ਵਾਹਿਗੁਰੂ ਆਪ ਖੁਸ਼ ਹੋਵੇ ਤਾਂ ਮਨ ਚ ਆ ਕੇ ਵਸਦਾ, ਨਾਮ ਉਹ ਆਪ ਬੈਠਦੇ ਨੇ ਹਿਰਦੇ ਚ, ਪ੍ਰਕਾਸ਼ਮਾਨ ਹੁੰਦੇ ਨੇ। ਪ੍ਰਭ ਦਇਆ ਤੇ ਮਤ ਉਤਮ ਹੋਏ, ਵਾਹਿਗੁਰੂ ਦੀ ਦਇਆ ਹੋ ਜੇ ਸਾਡੇ ਤੇ, ਕਿਰਪਾ ਹੋ ਜੇ ਤਾਂ ਬੰਦੇ ਦੀ ਮਤ ਆਤਮ ਵਿਸ਼ੈਣੀ ਬੁੱਧੀ ਬਣ ਜਾਂਦੀ ਹੈ। ਉੱਤਮ ਮਤ ਕਿਹੜੀ? ਉੱਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਉਹ ਲਾਗੈ ਨਾਉ, ਬੁੱਤ ਪ੍ਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈਲੇ ਗੂੜਤ ਘੋਰ, ਅੰਧ ਕੂਪ ਮੈਂ ਨਿਕਸ਼ੋ ਮੇਰੇ ਭਾਈ ਰੇ। ਉੱਤਮ ਮਤ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ।
ਇਹੋ ਜਿਹੀ ਮੱਤ ਪੈਦਾ ਹੋ ਜਾਂਦੀ ਅੰਦਰ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਹੇ ਵਾਹਿਗੁਰੂ ਤੇਰੀ ਕਿਰਪਾ ਨਾਲ ਹੀ ਸਾਰੇ ਖਜ਼ਾਨੇ ਰਿੱਧੀਆਂ ਸਿੱਧੀਆਂ ਰਿੱਧੀਆਂ ਪ੍ਰਾਪਤ ਹੋ ਜਾਂਦੀਆਂ। ਆਪੋ ਕਛੂ ਨਾ ਕਿਨਹੂ ਲਿਆ, ਆਪਣੇ ਆਪ ਕਿਸੇ ਨੇ ਅੱਜ ਤੱਕ ਕੁਛ ਨਹੀਂ ਲਿਆ, ਤਾਂ ਜੋ ਵੀ ਮਿਲੂਗਾ ਤੇਰੀ ਕਿਰਪਾ ਨਾਲ ਹੋਊਗਾ, ਤੇ ਤੁਸੀਂ ਕਿਰਪਾ ਕਰੋ ਸਾਡੇ ਤੇ, ਤੁਹਾਡੀ ਕਿਰਪਾ ਨਾਲ ਮਿਲਣਾ। ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਮਹਾਰਾਜ ਕਹਿੰਦੇ ਹੇ ਨਾਥ ਮਾਲਕ ਪਰਮੇਸ਼ਰ ਵਾਹਿਗੁਰੂ ਜੀ, ਇਸ ਪਾਸੇ ਜੀਵਾਂ ਤੁਸੀਂ ਲਾਉਂਦੇ ਹੋ, ਉੱਧਰ ਹੀ ਇਹ ਜੀਵ ਲੱਗਦੇ ਨੇ, ਪਰ ਇਹਨਾਂ ਦੇ ਆਪਣੇ ਹੱਥ ਵਿੱਚ ਕੁਛ ਵੀ ਨਹੀਂ, ਕੁਛ ਨਹੀਂ ਹੈ। ਇਸ ਕੈ ਹਾਥ ਹੋਏ ਤਾਂ ਸਭ ਪਿਛਲੇ ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣਾ ਆਪ ਰਚੈ। ਮਹਾਰਾਜ ਕਹਿੰਦੇ ਇਸ ਕਰਕੇ ਤੁਹਾਡੀ ਕਿਰਪਾ ਹੋਵੇ ਜਿਹਦੇ ਤੇ, ਉਸੇ ਤੇ ਹੀ ਸਾਰੀਆਂ ਬਖਸ਼ਿਸ਼ਾਂ ਇਸ ਪੌੜੀ ਵਾਲੀਆਂ ਹੁੰਦੀਆਂ ਨੇ। ਇਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਛੇਵੀਂ ਅਸ਼ਟਪਦੀ ਸੰਪੂਰਨ ਕੀਤੀ ਹੈ, ਬਖਸ਼ਿਸ਼ਾਂ ਹੋਈਆਂ ਨੇ। ਆਓ ਮਿਲ ਕੇ ਫਿਰ ਹੁਣ ਉਹਦਾ ਜਸ ਕਰੀਏ, ਧਿਆਨ ਕਰੀਏ, ਧੰਨਵਾਦ ਕਰੀਏ, ਸਾਰੇ ਪਿਆਰ ਨਾਲ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੜ੍ਹਨੀ ਬਹੁਤ ਜ਼ਰੂਰੀ ਹੈ, ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਸਤਿਗੁਰ ਨੇ ਕਿਰਪਾ ਕਰਕੇ ਇੱਕ ਇੱਕ ਬਚਨ ਸਮਝਾ ਦਿੱਤਾ, ਸਮਝਣਾ ਆਪਣਾ ਫਰਜ਼ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਕਲਗੀ ਧਰ ਪਿਤਾ ਜੀ ਦਾ, ਮਾਤਾ ਸਾਹਿਬ ਕੌਰ ਜੀ ਦਾ, ਧੰਨ ਧੰਨ ਬਾਬਾ ਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਪ੍ਰਬੰਧਕ ਕਮੇਟੀ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਫੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਆਓ ਸਾਰੇ ਆਨੰਦ ਸਾਹਿਬ ਪਿਆਰ ਨਾਲ ਪੜ੍ਹੀਏ, ਮਿਲ ਕੇ ਜੁੜ ਕੇ ਸਾਰਿਆਂ ਨੇ ਪੜ੍ਹਨਾ। ਅੱਜ ਹੀ ਤਜਰਬਾ ਕਰੋ, ਮਨ ਨੂੰ ਰੋਕ ਕੇ ਮਨ ਨੂੰ ਆਨੰਦ ਸਾਹਿਬ ਸਿਖਾਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਹੋ ਤਾਂ ਗਾਹੋ ਹਰੀ ਕੇਰਾ, ਕਹਿ ਨਾਨਕ ਆਨੰਦ ਹੋਆ। ਇਹ ਮਾਨੂ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ,
कारो करे तेरा सब नागला समरथ स्वामी कह नानक मन मेरे साचे साहेबा क्या नहीं करते रे करता तेरे सब किछ है सदा सिफत सलाह तेरी नाम मन बसावे नाम जिनकै पाजे शब्द कनेरे कह नानक सच्चे क्या नहीं करते रे साचा नाम मेरा आधार कर शांत सुख मन आए बसिया जिन इच्छा सब पुजाइया सदा कह नानक सुनो संतो शब्द तहो प्यारो साचा नाम मेरा आधारो आजे पंच शब्द तितकार सुपागै कर पंच दूत तुद वस कीते काल कंटक मारिया तुर कर्म पाया तुद जिन कौसे कह नानक पै सुख होवा तित कर अनहद वाजे अनद सुनो पार ब्रह्म प्रभ पाया उतरे दुख रोग संताप उतरे संत साजन भये सरसे सुनते पुनीत कहते पुरत सतगुर रहया पर पूरे बिनवंत नानक गुर चरण बाजे अनहर तूरे सलोक पवन गुरु पाणी पिता दिवस रात दोय दाई दाया खेल सगल जगत चंगियाईया करमी आपो अपनी जिन्नी नाम ते आया नानक ते मुख उजले जिन्नी नाम ते आया गए मसकत नानक ते मुख उजले खेती छुटी नाल वाहिगुरु जी का खालसा वाहिगुरु जी की फतेह तू ठाकुर तुम कह अरदास।